ਵੀਰ ਜੀ ਮੁੰਡੇ ਵਾਲੇ ਨੇ ਆਈਡੀ ਭੋਲੀ ਨੂੰ ਵੇਖਣ। ਉਹ ਬਸ ਆਉਂਦੇ ਹੀ ਹੋਣੇ ਆ। ਆਜੋ 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 ਕਾਕਾ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਅੰਕਲ। ਹੋਰ ਭਾਜੀ ਜੀ, ਕੀ ਹਾਲ ਚਾਲ ਜੀ? ਹੋਰ ਜੀ ਬੇਟਾ ਕਰੀਅਰ ਚਲਾਓ। ਜੀ ਮੇਰਾ ਪੁੱਤਰ ਜੀ ਮੇਰੀ ਸੀ ਆ ਜੀ। ਆ ਬੈਠੋ ਜੀ, ਆਜੋ ਆਜੋ ਕਾਕਾ ਜੀ। ਹੋਰ ਭਾਜੀ, ਹੋਰ ਭਾਈ ਕਿਵੇਂ, ਕੀ ਹਾਲ ਚਾਲ? ਬਸ ਜੀ ਵਧੀਆ, ਰੱਬ ਦੀ ਕਿਰਪਾ ਹੈ। ਬਸ ਜੀ 9 ਰਨ ਦੀ ਕਮੀ ਸੀ ਸਾਨੂੰ ਤੇ। ਹੋਰ ਫਿਰ ਕਾਕਾ ਜੀ ਕੀ ਕਰਦੇ ਨੇ? ਕਾਕਾ ਜੀ ਦੇ ਹਾਲੇ ਤਾਂ ਤੰਗ ਹੀ ਕਰਦੇ ਨੇ। ਦਾਦਾ ਜੀ ਕੀ ਬੋਲੀ ਜਾਂਦੇ ਹੋ? ਤੈਨੂੰ ਲੱਗਿਆ ਸੀ ਚੁੱਪ ਰਹਿਣਾ ਬਕਵਾਸ ਵੀ ਕਰੀ। ਓ ਕੋਈ ਗੱਲ ਨਹੀਂ, ਫਿਕਰ ਕਰਨ ਦੀ ਕੋਈ ਲੋੜ ਨਹੀਂ, ਸਾਡੀ ਧੁੰਦ ਵੀ ਭੁੱਲ ਵੀ ਧੁੱਤ ਲਈ। ਲੈ ਲੈ, ਇਹ ਤਾਂ ਭਾਜੀ ਜੋਗ ਨੂੰ ਜੋਗ ਟੱਕਰ ਗਿਆ ਜੀ। ਚਲੋ ਵਧੀਆ ਹੋ ਗਿਆ, ਕਾਕਾ ਜੀ ਵੀ ਧੁੱਤ ਲਏ, ਤੁਹਾਡੀ ਬੇਟੀ ਜੀ ਵੀ ਧੁੱਤ ਲਈ। ਚਲੋ ਜੀ, ਚਲੋ ਤੁਹਾਡਾ ਕਾਕਾ ਜੀ ਤਾਂ ਪਸੰਦ ਆ, ਬਾਕੀ ਘਰਦਿਆਂ ਨਾਲ ਸਲਾਹ ਕਰਦੀ। ਹਾਂਜੀ ਹਾਂਜੀ, ਤੁਸੀਂ ਕਰੋ ਸਲਾਹ। ਦਾਦੀ ਜੀ ਮੇਰੀ ਨਾ ਦਾਲ ਦੋਨੋ ਹੁਣ ਅੱਗੇ ਨਾ ਤੁਸੀਂ ਬੜੀਆਂ ਗੱਪਾ ਮਾਰ ਮਾਰ ਕੇ ਮੇਰੀ ਰਿਸ਼ਤੇ ਤੜਾਤੇ ਆ। ਤੁਹਾਡੇ ਮੁੰਡੇ ਨੇ ਉਹਨੂੰ ਪਸੰਦ ਕਰ ਲਿਆ, ਹੁਣ ਬਹੁਤੀਆਂ ਨਾ ਵੱਡੀਆਂ ਵੱਡੀਆਂ ਗੱਪਾਂ ਨਾ ਮਾਰਿਓ। ਓਏ ਕੀ ਮਤਲਬ ਤੇਰਾ? ਗੱਪਾਂ ਮਾਰਨ ਨੂੰ ਮੈਂ ਗੱਪੀ ਆ? ਮੈਂ ਚਪੇੜ ਮਾਰ ਗਾ ਨਹੀਂ ਚਾਹ ਨਾ, ਬਕਵਾਸ ਮਾਰ ਕਰਕੇ ਬਹਿ ਜਾ ਤੇ ਮਾਰ। ਪੀਣਾ ਖਾਏਗਾ ਉਹ ਚੁੱਕਾ ਜਾ ਗਿਆ। ਹਾਂਜੀ ਮੈਂ ਘਰ ਜਨ ਸਲਾਹ ਕਰ ਲਈ ਆ, ਉਹ ਕਹਿੰਦੇ ਰਿਸ਼ਤਾ ਮਨਜ਼ੂਰ ਆ, ਜੋ ਤੁਹਾਡੀ ਪਸੰਦ ਆ ਉਹ ਹੀ ਸਾਡੀ ਪਸੰਦ। ਲੈ ਜੀ ਰਿਸ਼ਤੇ ਲਓ। ਹਾਂ ਸਮਝੀ ਫਿਰ ਮਤਲਬ ਪੂਰੀ ਪੂਰੀ। ਓ ਜੀ ਮੁਬਾਰਕਾਂ ਜੀ, ਵਧਾਈਆਂ ਜੀ। ਹੋਰ ਜੀ ਵਧਾਈਆਂ। ਲੈ ਕਾਕਾ ਰਿਸ਼ਤਾ ਪੱਕਾ ਹੋ ਗਿਆ ਤੇਰਾ। ਭਾਈ ਭਾਈ ਤੁਸੀਂ ਕਦੀ ਸਾਡੇ ਪਿੰਡ ਆਇਓ, ਸਾਡੇ ਘਰ ਲਾਗੇ ਘਰ ਬਾਰ ਵੇਖਿਓ, ਸਾਡੇ ਘਰ ਲਾਗੇ ਨਹਿਰ ਵਾਦੀ ਐਡੀ ਐਡੀ ਮੱਛੀਆਂ ਖਾਓ ਤੁਹਾਨੂੰ ਐਡੀ 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 ਬਸ ਐਡੀ ਐਡੀ ਮੱਛੀਆਂ। ਕਦੇ ਤੁਸੀਂ ਸਾਡੇ ਉਧਰ ਆਇਓ, ਸਾਡੇ ਉੱਥੇ ਮੱਛੀਆਂ ਹੁੰਦੀਆਂ ਕਿਲੋ ਕਿਲੋਮੀਟਰ ਲੰਮੀਆਂ ਮੱਛੀਆਂ। ਉਹ ਦਾਦੀ ਦਾਦਾ ਹੋ ਗਿਆ ਜੇ ਕਹਿੰਦਾ ਮਤਲਬ ਵੀ ਅੱਧਾ ਕੁ ਕਿਲੋਮੀਟਰ ਲੰਮੀਆਂ ਮੱਛੀ। ਉਹ ਦਾਦੀ ਤੂੰ ਪਾਗਲ ਹੋ ਗਿਆ, ਬੇ ਦਾਦਾ ਹੋ ਗਿਆ ਜੇ। ਨਹੀਂ ਦੱਸੋ ਹੁਣ ਤੇ ਆਪਣੇ ਘਰ ਵਾਲੀ ਗੱਲ ਆ, ਐਵੇਂ ਗੱਪ ਜੀ ਕਾਹਨੂੰ ਮਾਰਨੀ ਆ। 300 ਮੀਟਰ ਮੱਛੀ ਹੈ। ਉਹ ਦਾਦੀ ਤੁਸੀਂ ਮੇਰਾ ਰੀਤਾ ਤੋਂ ਲਾਇਆ, ਤੁਸੀਂ ਜ਼ਿਆਦਾ ਦੇਈ ਜਾਂਦੇ ਹੋ। ਨਹੀਂ ਭਾਈ ਜੀ ਦੱਸੋ ਹੁਣ ਤੇ ਆਪਣੇ ਘਰ ਵਾਲੀ ਗੱਲ ਹੋਣੀ ਆ, ਐਵੇਂ ਗੱਪ ਜੀ ਕਾਹਨੂੰ ਮਾਰਨੀ ਆ। ਸੱਚ ਦੱਸ ਦਿੰਦੇ ਮੈਂ ਜਦੋਂ ਮੱਛੀ ਨੂੰ ਕੋਲ ਜਾ ਕੇ ਵੇਖਣਾ ਤੇ ਇਹ ਸਿਰ ਤੋਂ ਲੈ ਕੇ ਉਸ ਸਿਰ ਤੱਕ ਮੱਛੀ 100 ਕੁ ਮੀਟਰ ਲੰਬੀ ਹੈਗੀ। ਉਹ ਦਾਦੀ ਤੁਹਾਨੂੰ ਪਤਾ 2 ਮਿੰਟ ਸੀ ਨਾ ਦਾਦਾ ਨੇ। ਨਹੀਂ ਨਹੀਂ ਭਾਈ ਜੀ ਮੈਂ ਐਵੇਂ ਝੂਠ ਕਾਹਨੂੰ ਮਾਰਨਾ, ਮਤਲਬ ਮੈਂ ਆਪਣੀ ਨਾ ਥਰੋਟੀ ਨੂੰ ਆਵਾਜ਼ ਮਾਰੀ, ਮੈਂ ਕਿਹਾ ਉਹਨੂੰ ਕਰਫੀਤਾ ਲੈ ਗਿਆ, ਉਹਨੇ ਇਹ ਸਿਰ ਤੋਂ ਫੜਿਆ, ਦੂਜੇ ਸਿਰ ਤੋਂ ਮੈਂ ਫੜਿਆ ਸੀ ਮੱਛੀ ਮਿਲੀ, ਮਤਲਬ 50 ਕੁ ਮੀਟਰ ਲੰਬੀ ਮੱਛੀ ਹੈਗੀ। ਬਸ ਕਰ ਹੁਣ ਨੀ ਮੈਂ ਘਟਾ ਸਕਦਾ, ਹੁਣ ਮੈਂ ਮੱਛੀ ਮੈਨੂੰ ਚੁੱਕਾ। ਓ ਸੋਰੀ ਭਾਈ ਜੀ, ਸੋਰੀ ਗਲਤ ਨਾਮ ਆ ਗਿਆ।